ਉੱਤਾ ਬਾਲਟੀ ਛੋਟੀ ਹੈ ਪਾਣੀ ਪਾ ਸਾਰੇ ਵਿਚੂਰੇ ਹਨ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ। ਟਾਈਮ ਹੋਇਆਗਾ 12 ਵਜ ਗਏ ਤੇ ਅੱਜ ਦੇ ਇੱਕ ਨਵੇਂ ਵਲੌਗ ਨੂੰ ਇੱਥੋਂ ਸਟਾਰਟ ਕਰਦੇ ਆ ਨੂਰ ਦੀ ਮੰਮੀ ਨਾਲ ਹੀ ਨੂਰ ਆ ਰਿਹਾ ਨੂਰ ਵੀ ਨਾਲ ਆ ਨੂਰ ਬਾਏ ਕਰੀ ਅੱਜ ਮੈਂ ਨੂਰ ਨੂੰ ਜਲਦੀ ਨਹੀਂ ਸਵਾਇਆ ਤੇ ਕਿਉਂਕਿ ਆਪਣੇ ਨਾਲ ਹੀ ਨਵਾਇਆ ਟਾਈਮ ਲਵਾ ਕੇ ਵਧੀਆ ਨੂਰੀ ਓਏ ਓਏ ਬਾਏ ਕਰੋ ਬੇਟੀ ਅੱਦਰ ਦੇ ਚਾਹ ਕਰਦੇ ਸਾਰਿਆਂ ਨੂੰ ਬਾਏ ਕਰੋ। ਚਲੋ ਨੂਰ ਦੀ ਮੰਮੀ ਇਹ ਡਿੱਗੀ ਜੀ ਡਿੱਗੇਗੀ ਨੂਰ ਦੀ ਮੰਮੀ ਵਿਚਾਰੀ ਚਾਰ ਬਾਲਟੀਆਂ ਪਾਈ ਆਹਾ ਪੰਜਵੀਂ ਬਾਲਟੀ ਉੱਤਾਂ ਬਾਲਟੀ ਛੋਟੀ ਆ ਪਾਣੀ 5-7 ਕਿਲੋ ਮਸਾਂ ਹੀ ਆਉਂਦਾ। ਨੂਰ ਦੇ ਡੈਡੀ ਪਿਆਜ਼ ਅਤੇ ਹਰੀ ਮਿਰਚ ਅਤੇ ਲਸਣ ਛਿਲਕ ਦਿੰਦੇ ਆ ਮੂੰਗੀ ਦਾਲ ਨੂੰ ਲਾਉਣਾ ਤੜਕਾ ਇਹ ਵਿਚਾਰੇ ਵਿਚੂਰੇ ਹੈ ਨਹੀਂ ਮਸਾਂ ਹੀ ਤਾਬੇ ਕਰਕੇ ਲਾਉਂਦੀ ਮਾੜਾ ਮੋਟਾ ਕੰਮ ਆ ਕੇ ਇਹਨਾਂ ਦਾ ਗੰਦਾ ਬਹੁਤਾ ਬੰਦਾ ਨਹੀਂ ਬਹੁਤ ਵਧੀਆ ਮਜ਼ਾਕ ਕਰੀਏ ਨਹੀਂ ਵਿਚਾਰਾ ਹੈਲਪ ਕਰ ਦਿੰਦੇ ਇਹ ਕਿੰਨੀ ਖੁਸ਼ੀ ਕਿੰਨੀ ਹੁੰਦੀ ਆ ਵੀ ਮੇਰੀ ਤਾਰੀਫ ਹੋਈ ਹੁੰਦੀ ਆ ਨਹੀਂ ਮੁੱਕਰਦੀ ਵਿਆਹ ਤੋਂ। ਚਲੋ ਫਿਰ ਮੈਂ ਆਈ ਇੱਕ ਮਿੰਟ 'ਚ ਤੁਸੀਂ ਛਿੱਲੋ ਗੰਢੇ ਉਹ ਫੁੱਲਿਆਂ ਨਾਲ ਆ ਰਿਹਾ ਆ ਟੱਲੀ ਵਜਾਉਂਦਾ ਫਿਰਦਾ ਨਾ ਹਾਂ ਪਤਾ ਨਹੀਂ ਕਿੰਨੇ ਦਿੰਦਾ ਆ ਫੁੱਲਿਆਂ ਨਾਲ ਆਇਆ ਸੀ ਨੂਰੀ ਵਾਸਤੇ ਲਿਆ ਫੁੱਲਾ ਫੁੱਲਾ ਕੀ ਨਾਮ ਹੁੰਦਾ ਇਹਦਾ ਪਤਾ ਹੀ ਨਹੀਂ ਸਮਝ ਨਾਮ ਹੀ ਨਹੀਂ ਪਤਾ ਲੱਗਾ ਆ ਲੋਕੜ ਜਾ ਨਾ ਛੋਟੇ ਹੁੰਦੇ ਖਾਂਦੇ ਹੁੰਦੇ ਮੂੰਹ 'ਚ ਜਾਂਦੇ ਖਤਮ ਹੋ ਜਾਂਦਾ ਨੂਰੀ ਖਾਈ ਨੂਰੀ ਖਾਈ ਜ਼ਿਆਦਾ ਜ਼ਿਆਦਾ ਆ ਗਿਆ ਮੈਨੂੰ ਖਾਈ ਲੈ ਬੇਟੇ ਪਾਲੇ ਪਾਲੇ ਨੂਰ ਪਤਾ ਹੀ ਨਹੀਂ ਲੱਗਣਾ ਤਾਂ ਕਿੱਧਰ ਗਿਆ ਦੇਖੋ ਇਹਨੂੰ ਐਂ ਲੈ ਕੇ ਖਤਮ ਅਰੇ ਅਰੇ ਲਵਾਈ ਪਵਾਈ ਮੂੰਹ 'ਚ ਪਾ ਦੇ ਤੋੜ ਕੇ ਮੂੰਹ 'ਚ ਮੂੰਹ ਦੀ ਗਰਾਰੀ ਛੋਟੀ ਆ ਓ ਚਗਲ ਲਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਬਲੌਗ ਕੱਲ੍ਹ ਦਾ ਚੱਲੀ ਜਾਂਦਾ ਅਤੇ ਅੱਜ ਠੰਡੀ ਹਵਾ ਚੱਲੀ ਜਾਂਦੀ ਹੈ ਸਵੇਰ ਨਾਲ ਠੰਡੀ ਠੰਡੀ ਮੈਂ ਤਾਂ ਕੰਨ ਵੀ ਠਰੇ ਪਏ ਆ ਅਤੇ ਬਾਹਾਂ ਵੀ ਅੱਧੀਆਂ ਬਾਹਾਂ ਵੀ ਠਰੀਆਂ ਪਈਆਂ ਗਰਮੀ ਕਿੱਥੇ ਇੰਨੀ ਗਰਮੀ ਨੂਰ ਤਾਂ ਲੱਗ ਗਿਆ ਚਾਚੇ ਘਰੇ ਸਵੇਰ ਨਾਲ ਠੀਂ ਠੀਂ ਕਰੀ ਜਾਂਦਾ ਦੋ ਰਸ ਖਵਾਤੇ ਨੂਰ ਦੀ ਮੰਮੀ ਨੇ ਅਤੇ ਹੁਣ ਨੂਰ ਦੀ ਮੰਮੀ ਕੀ ਕਰੂਗੀ ਆਟਾ ਗੁੰਨੂਗੀ। ਨੂਰ ਦੀ ਮੰਮੀ ਤੜਕੇ ਤੜਕੇ ਚਾਹ ਅਤੇ ਨਾਲ ਰਸ ਖਾਈ ਜਾਂਦੀ ਹੈ ਨੂਰ ਦੇ ਰਸ ਨੂਰ ਦੀ ਮੰਮੀ ਟਾਂਚੀ ਜਾਂਦੀ ਹੈ ਆ ਹਾ ਹਾ ਸਵਾਦਾ ਸਵਾਦਾ ਕਿੰਨਾ ਕੁ ਸਵਾਦਾ ਪੰਜੀਰੀ ਨੇ ਤਾਂ ਪਹਿਲਾਂ ਪੱਠੇ ਹੋਏ ਆਪਣੇ। ਨੂਰ ਦੀ ਮੰਮੀ ਨੇ ਸਵੇਰ ਨਾਲ ਸਬਜ਼ੀ ਧਰਤੀ ਸਬਜ਼ੀ ਧਰੀ ਆ ਕਾਹਦੀ ਆਲੂ ਐਂਡ ਗੋਭੀ ਦੀ ਸਬਜ਼ੀ ਨੂਰ ਦੀ ਮੰਮੀ ਨੇ ਬਣਾ ਤੀ ਹਨੇਰਾ ਬਹੁਤ ਹੈ ਇੱਥੇ ਲਓ ਵੀ ਸਬਜ਼ੀ ਬਣੀ ਜਾਂਦੀ ਹੈ ਬਣਨ ਵਾਲੀ ਆ ਬਣ ਕੇ ਤਿਆਰ ਹੋ ਜੂਗੀ 5 ਘੰਟੇ ਆਟਾ ਨੂਰ ਦੀ ਮੰਮੀ ਗੁੰਨੀ ਜਾਂਦੀ ਹੈ ਸਵੇਰ ਨਾਲ ਆਟਾ ਰਾਤ ਰੋਟੀਆਂ ਥੋੜ ਗਈਆਂ ਸੀ ਨੂਰ ਦੀ ਮੰਮੀ
ਐਸ ਵਾਲਿਆਂ ਦੀਆਂ ਨੂਰ ਦੀ ਮੰਮੀ ਨੇ ਪਹਿਲੀ ਵਾਰ ਅੱਜ ਗਰਮ ਰੋਟੀਆਂ ਲਾਈਆਂ, ਨਹੀਂ ਤਾਂ ਤੜਕੇ ਲਾ ਦਿੰਦੀ ਹੁੰਦੀ ਹੈ ਨਾ। ਪਾਲੇ ਦਾ ਸਟਾਰਟ ਹੀ ਨਹੀਂ ਹੋਇਆ ਜੀ ਨੂਰ ਦੀ ਮੰਮੀ, ਪਾਲੇ ਦਾ ਸਟਾਰਟ ਹੀ ਨਹੀਂ, ਹੁਣ ਸਟਾਰਟ ਆ ਰਿਹਾ ਹੁਣ ਕੰਮ ਸਟਾਰਟ ਆ। ਹੁਣ ਸਾਰੇ ਪਾਲੇ ਪਾਲੇ ਇਸ ਟਾਈਮ 12 ਵਜੇ ਜਿਹੜਾ ਜਦੋਂ ਆਊਗਾ ਉਦੋਂ ਹੀ ਰੋਟੀ ਪੱਕੂਗੀ ਹੈ ਨਾ, ਜਿਹੜਾ ਖਾਊਗਾ ਉਹਨੂੰ ਰੋਟੀ ਗਰਮਾ ਗਰਮ, ਹਾਂ ਜਿਹੜਾ ਨਹੀਂ ਖਾਊ ਨਾ ਖਾਵੇ। ਬਾਕੀ ਰੋਟੀਆਂ ਖਲ ਬਣ ਜਾਂਦੀਆਂ ਨਾ 12-1 ਵਜੇ ਤੱਕ ਠੰਡੀਆਂ, ਬੜੀ ਸਵਾਦ ਲੱਗਦੀਆਂ। ਫਿਰ ਮੈਨੂੰ ਸਵੇਰੇ ਤਾਂ ਨੂਰ ਦਾ ਕਿਲੋ ਨਹੀਂ ਕਰਨੀ ਸੀ। ਮੈਂ ਤਾਂ ਸਮੋਸਾ ਜਿਹਾ ਖਾ ਲਿਆ ਯਾਰ, ਭੁੱਖ ਮਰ ਗਈ ਜਮੀ। ਦੱਸ ਹੋਰ ਤੂੰ ਕਿੰਨੇ ਵਜੇ ਰੋਟੀ ਖਾਧੀ ਸੀ ਤੇ ਨੂਰ ਨੇ? ਵੈਸੇ ਗਰਮਾ ਗਰਮ ਰੋਟੀ ਦਾ ਨਜ਼ਾਰਾ ਤਾਂ ਬੜਾ ਹੁੰਦਾ ਹੈ ਨਾ। ਮੈਂ ਯਾਰ ਸਮੋਸਾ ਜਿਹਾ ਖਾ ਲਿਆ, ਚੰਗੀ ਨਹੀਂ ਲੱਗੀ, ਭੁੱਖ ਜੀ ਮਰ ਗਈ। ਤੇਰਾ ਵੀ ਰੱਖਤਾ ਸੀ ਸਮੋਸਾ ਜਿਹਾ, ਸਮੋਸਾ ਤੇਰਾ ਵੀ ਰੱਖਤਾ ਸੀ।